ਮਰੇ ਮਰੇ ਕਾਬੂ ਵਿੱਚ ਹੈ ਜਦ ਮੈਂ ਕਮਾਂਗੀ ਚੱਲੂਗਾ ਜਦ ਮੈਂ ਕਮਾਂਗੀ ਰੁਕੂਆ ਚੱਲ ਰੁਕ ਚੱਲ ਰੁਕ ਚੱਲ ਰੁਕ ਚੱਲ ਰੁਕ ਬੁੱਕਸ ਕਰਕੇ ਦਿਖਾਉ ਮੈਂ ਕਰਕੇ ਦਵਾ ਚੱਲ ਰੁਕ ਇਹ ਤਾਂ ਮੇਰੇ ਤੇ ਜਾਦੂ ਚੱਲਿਆ ਨਹੀਂ ਹੈਗਾ ਇਹਦਾ ਇਹ ਹੈ ਇੱਕ ਮੇਰੇ ਕੋਲ ਖਾਲੀ ਕੀ ਪੈ ਠੀਕ ਹੈ ਜੀ ਹੁਣ ਮੈਂ ਇਹਦੇ ਵਿੱਚ ਪਾਣੀ ਪਾਵਾਂਗੀ ਠੀਕ ਹੈ ਜੀ ਪਾਣੀ ਪੀ ਗਏ ਤੇ ਇਹ ਪਾਣੀ ਸਾਰਾ ਗਲਾਸ ਵਿੱਚ ਆ ਗਿਆ ਗਲਾਸ ਚ ਆ ਗਿਆ ਠੀਕ ਹੈ ਜੀ ਸਾਰੇ ਤੁਸੀਂ ਪੀ ਲਓ ਪੀਣਾ ਪਾਣੀ ਨਹੀਂ ਮੈਂ ਦੋ ਬਈ ਮੈਂ ਪਾਣੀ ਪੀਣ ਲੱਗਾਂ ਦੇਖਦੇ ਕੀ ਬਣਦਾ ਸਰ ਇਹ ਪਾਣੀ ਹੁਣ ਜਿਹੜਾ ਤੁਹਾਡੇ ਪੇਟ ਚ ਗਿਆ ਇਹ ਦੋ ਹੀ ਤਰੀਕਿਆਂ ਨਾਲ ਨਿਕਲ ਸਕਦਾ ਹੈ ਜਾਂ ਇਹ ਆਪਰੇਸ਼ਨ ਕਰਕੇ ਨਿਕਲ ਸਕਦਾ ਹੈ ਜਾਂ ਇਹ ਜਾਦੂ ਨਾਲ ਤੁਸੀਂ ਕਿਸ ਚੀਜ਼ ਨਾਲ ਕਰਵਾਉਣਾ ਚਾਹੁੰਦੇ ਹੋ ਜਾਦੂ ਨਾਲ ਕਰੋ ਜੀ ਆਪਰੇਸ਼ਨ ਨਾਲ ਤਾਂ ਨਿਕਲ ਹੀ ਜਾਊਗਾ ਹੁਣ ਸਰ ਇੱਥੇ ਆ ਜਾਓ ਇੱਥੇ ਆਵਾਂ ਜੀ ਲਓ ਜੀ ਆਗੇ ਕੀ ਕਰਾ ਹੁਣ ਕੰਨ ਕਰ ਹਾਂਜੀ ਲਓ ਬਈ ਗੁੜੀਆ ਕਹਿੰਦੀ ਕੰਨ ਕਰੋ ਤੇ ਮੈਂ ਪਾਣੀ ਪੀਤਾ ਹੋਇਆ ਇਹ ਇਹ ਪਾਣੀ ਦੀ ਆਵਾਜ਼ ਆਉਣ ਲੱਗੀ ਹੈ ਇਹ ਕਿਤੇ ਮੇਰੇ ਪਾਣੀ ਕੰਨ ਚੋਂ ਤਾਂ ਨਹੀਂ ਨਿਕਲ ਰਿਹਾ ਇਹ ਸਿਰ ਜਿਹੜਾ ਤੁਸੀਂ ਪਾਣੀ ਪੀਤਾ ਸੀ ਉਹ ਸਾਰਾ ਗਲਾਸ ਚ ਆ ਗਿਆ ਇਹ ਫਿਰ ਮੇਰੇ ਕੰਨ ਵਿੱਚ ਜੀ ਨਿਕਲਿਆ ਹਾਂਜੀ ਮੇਰੇ ਕੋਲ ਇੱਕ ਕੜਾ ਰੱਸੀ ਅਧ ਰੁਮਾਰ ਹੈ ਅੱਛਾ ਇਸ ਕੜੇ ਨੂੰ ਮੈਂ ਇਸ ਰੱਸੀ ਨੂੰ ਦੂਰੀ ਘਟ ਕੇ ਅੱਛਾ ਇਸ ਕੜੇ ਵਿੱਚ ਪਾ ਦਾਂਗੇ ਪਾ ਦਿਓ ਜੀ ਇਹਨੂੰ ਗੰਡ ਦੇ ਦਾਂਗੇ ਮੈਂ ਦੇ ਦਾਂ ਗੰਡ ਬਸ ਆਪ ਹੀ ਦੇ ਦੋਗੇ ਠੀਕ ਆ ਲਓ ਜੀ ਗੰਡ ਆ ਗਈ ਇਹਨੂੰ ਹੁਣ ਤੁਸੀਂ ਇਹਨੂੰ ਖੋਲ ਕੇ ਦਿਖਾਓ ਮੈਂ ਹੁਣ ਖੋਲ ਦੂੰਗਾ ਜੀ ਇਹ ਤਾਂ ਇਧਰ ਦੀ ਕੱਢ ਨਹੀ ਇਧਰ ਨਹੀਂ ਕੱਢਣੀ ਇਧਰ ਦੀ ਨਹੀਂ ਕੱਢਣੀ ਅੱਛਾ ਲੋ ਵੀ ਦੇਖੋ ਬहोत ਫਸਮੀ ਜਾਂ ਮੁਕਾਬਲਾ ਚੱਲ ਪਿਆ ਗੁੜੀਆਂ ਮੈਨੂੰ ਕਹਿੰਦੀ ਇਹ ਕੜਾ ਕੱਢਣਾ ਇਹ ਚੋਂ ਨਹੀਂ ਭਾਈ ਜੀ ਇਹ ਤਾਂ ਨਿਕਲਦਾ ਨਹੀਂ ਜੀ ਮੈਂ ਕਰ ਦਿੰਦਾ ਤੁਸੀਂ ਥੋੜੀ ਤੋਂ ਵੀ ਨਿਕਲਣਾ ਲਾੜੇ ਸ਼ਰਤ ਮੇਰੇ ਨਾਲ ਆਹੋ ਫੜੋ ਲਓ ਜੀ ਫੜ ਲਿਆ ਆਪਾਂ ਆਹ ਫੜ ਲਿਆ ਵੀ ਕੁੱਟ ਕੇ ਗੁੜੀਆਂ ਮੈਨੂੰ ਕਹਿੰਦੀ ਮੈਂ ਕੱਢ ਕੇ ਦਿਖਾਉਂ ਮੈਂ ਕਿਹਾ ਨਿਕਲਣਾ ਹੈ ਨਹੀਂ ਇਹ ਤੇ ਹੁਣ ਨਿਕਲੂਗਾ ਕਿਵੇਂ ਇਹ ਬਹੁਤ ਵੱਡੀ ਖੇਡ ਆ ਇਹ ਕੋਈ ਜਾਦੂ ਮੰਤਰ ਚੱਲੇ ਇਹਦੇ ਅੰਦਰ ਨਹੀਂ ਹੋਰ ਕੀ ਚੱਲ ਰਿਹਾ ਹੈ ਉਹ ਛੋਡੀ ਦੀ ਕੀ ਬਾਤ ਹੈ ਵੀ ਕੀ ਬਾਤ ਹੈ ਇਹ ਤਾਂ ਕੜਾ ਨਿਕਲ ਗਿਆ ਗੁੜੀਆਂ ਮੈਥੋਂ ਹੀ ਨਿਕਲਿਆ ਨਹੀਂ ਹੈਗੇ ਇਹ ਕਾਰਨ ਕੀ ਹੈ ਇਹਦੇ ਪਿੱਛੇ ਦਾ ਠੀਕ ਆ ਸਾਰੇ अच्छੇ ਮਿਲ ਆ ਗਏ ਠੀਕ ਹੈ ਜੀ ਹੁਣ ਮੈਂ ਇਹਨਾਂ ਮੋਟੀਆਂ ਜਿਹੜੇ ਪੀਲੇ ਨੇ ਉਹ ਅਲੱਗ ਕਰ ਦੂੰਗੀ ਜਿਹੜੇ ਰੈੱਡ ਨੇ ਉਹ ਲੰਬੇ ਕਰ ਤੇ ਅੱਜ ਕੱਲ ਦੇ ਜਵਾਕ ਜਿਵੇਂ ਕਰਦੇ ਹੁੰਦੇ ਨੇ ਗੱਲ ਆਪਾਂ ਬਹੁਤ ਜ਼ਿਆਦਾ ਕੰਪਿਊਟਰ ਤੋਂ ਵੀ ਤੇਜ਼ ਨਹੀਂ ਤੇ ਜਾਦੂਗਰ ਫੇਲ ਕਰ ਦੇਣਗੇ ਇੱਕ ਦਿਨ ਤਾਂ ਇਹ ਦੇਖੋ ਫਿਰ ਉਹ ਕੀ ਬਾਤ ਹੈ લાલ ਵਾਲੇ ਲਾਲ ਚ ਆ ਗਏ ਹਨ ਪੀਲੇ ਵਾਲੇ ਪੀਲੇ ਚ ਆ ਗਏ ਸਸਵੀਕਾਰ ਮੈਂ ਨਾਮ ਹੈ ਨਵਜੋਤ ਕੋਰ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਟ੍ਰਿਕ ਪੇਸ਼ ਕਰਨ ਜਾ ਰਹੀ ਹਾਂ ਅੱਛਾ ਜੇ ਆਪ ਧਾਰਤੀ ਤੇ ਕੋਈ ਉੱਪਰ ਚੀਜ਼ ਫੈਂਕਦੇ ਆਂ ਤਾਂ ਧਾਰਤੀ ਉਸ ਨੂੰ ਆਪਣੇ ਵੱਲ ਖਿੱਚਦੀ ਹੈ ਕਿਉਂਕਿ ਧਾਰਤੀ ਵਿੱਚ ਇੱਕ ਖਿੱਚ ਹੁੰਦੀ ਹੈ ਹਾਂ ਉਵੇਂ ਇਹ ਗੇਂਦ ਹੈ ਜੇ ਆਪਾਂ ਉੱਪਰ ਇਸ ਨੂੰ ਨੀਚੇ ਘੇਰਾਂਗੇ ਤਾਂ ਧਾਰਤੀ ਇਸ ਨੂੰ ਖਿੱਚੇ ਹੋਏਗੀ ਅੱਛਾ ਹੁਣ ਮੈਂ ਇਸ ਨੂੰ ਆਪਣੇ ਕਾਬੂ ਵਿੱਚ ਕਰ ਲਵਾਂਗੀ ਇਹ ਕਾਬੂ ਚ ਹੋ ਜੂ ਕਿਆ ਬਾਤ ਹੈ ਹੁਣ ਇਹ ਮੇਰੇ ਕਾਬੂ ਹੁਣ ਇਹ ਮੇਰੇ ਕਾਬੂ ਵਿੱਚ ਹੈ ਜਦ ਮੈਂ ਕਮਾਂਗੇ ਚੱਲੂਗਾ ਜਦ ਮੈਂ ਕਮਾਂਗੇ ਇਹ ਰੁਕੂਆ ਚੱਲ ਰੁਕ 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 ਹੁਣ ਮੈਂ ਇਸ ਨੂੰ ਆਪਣੇ ਵਸ਼ ਵਿੱਚ ਬਾਅਦ ਕਰਨ ਜਾਣੀ ਹੁਣ ਇਹ ਮੇਰੇ ਵਸ਼ ਵਿੱਚ ਨਹੀਂ ਹੈ ਬੋਲੇ ਮੜਾ ਜੀ ਹੁਣ ਚੱਲ ਰੁਕ ਕੇ ਨੂੰ ਕਰੇ ਨਹੀਂ ਆਈ 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 ਜਾਦੂ ਜਦੋਂ ਖਤਮ ਕਰਤਾ ਤੁਸੀਂ ਇਹਦੇ ਉੱਤੇ ਜਾਦੂ ਖਤਮ ਕਰਕੇ ਇੱਥੇ ਕਰਿਓ ਹੁਣ ਕਾਬੂ ਚਾਹੀਏ ਹਾਂ ਚਲਾਇਓ ਇਹਨੂੰ ਮੜਾ ਜੀ ਆਪਦੀ ਬਾਜ ਨਾਲ ਚੱਲ ਰੁਕ ਚੱਲ ਰੁਕ ਚੱਲ ਰੁਕ ਚੱਲ ਰੁਕ ਚੱਲ ਰੁਕ ਓਕੇ ਆ ਬਾਤ ਆ ਭਾਈ ਇਹ ਤਾਂ ਗੁੜੀਆ ਦੇ ਹੱਥ 'ਚ ਬੜਾ ਕਮਾਲ ਦਾ ਜਾਦੂ ਹੈ ਇਹ ਛੋਟਾ ਜਿਹਾ ਜਿਹੜਾ ਇਹ ਗੇਂਦ ਜੀ ਦਿੰਦੀ ਹੈ ਨਾ ਤੁਸੀਂ ਕਰਕੇ ਦਿਖਾਓ ਮੈਂ ਕਰਕੇ ਦਿਖਾਵਾਂ ਕਿਆ ਬਾਤ ਹੈ ਭਾਈ ਗੁੜੀਆਂ ਨੇ ਮੈਨੂੰ ਅੱਖਾਂ ਕਹਿੰਦੀ ਕਰਕੇ ਦਿਖਾਓ ਮੈਂ ਵੀ ਜਾਦੂਬਾਨ ਜਾਦੂਗਰ ਬਣ ਜਾ ਫਿਰ ਲੈ ਦੇਖ ਚੱਲ ਰੁਕ ਇਹ ਤਾਂ ਮੇਰੇ ਤੇ ਜਾਦੂ ਚੱਲਿਆ ਨਹੀਂ ਹੈਗਾ ਇਹਦਾ ਇਹ ਚੱਕਰ ਕੀ ਹੈ ਇਹ ਕਰਕੇ ਹਾਂ ਤੁਸੀਂ ਚਲਾ ਕੇ ਰਹੋ ਇਹ ਬਹੁਤ ਕਮਾਲ ਦੀ ਚੀਜ਼ ਹੈ ਯਾਰ ਇਹ ਛੋਟਾ ਜਿਹਾ ਬੱਚਾ ਸੋਸ਼ਲ ਮੀਡੀਆ ਦੇ ਉੱਤੇ ਦੇਖ-ਦੇਖ ਕੇ ਚੀਜ਼ਾਂ ਕਰ ਰਿਹਾ ਹੈ ਤਾਂ ਬਹੁਤ ਕਮਾਲ ਦੀ ਗੱਲ ਚਲਾਓ ਜੀ ਚੱਲ ਰੁਕ ਚੱਲ ਰੁਕ ਚੱਲ ਰੁਕ ਚੱਲ ਰੁਕ ਚੱਲ ਰੁਕ ਕੀ ਬਾਤ ਆ ਬਈ ਕੀ ਬਾਤ ਆ ਚੱਲ ਰੁਕ ਚੱਲ ਰੁਕ ਚੱਲ ਰੁਕ ਚੱਲ ਰੁਕ ਓਹ ਹੋ ਹੁਣ ਇਹ ਸਾਨੂੰ ਦੱਸ ਵੀ ਦੇ ਉਹ ਵੀ ਕਿਹੜਾ ਜਾਦੂ ਮੰਤਰ ਆ ਮੈਨੂੰ ਤਾਂ ਦੱਸ ਤੋ ਇਹ ਕਰਨ ਚ ਇਹਦੇ ਨਾਲ ਤਾਂ ਲੋਕ ਖੁੱਲਦਾ ਹੈ ਅੱਛਾ ਹੁਣ ਮੇਰੇ ਵਾਸ਼ ਵਿੱਚ ਨਹੀਂ ਆ ਇਸ ਨੂੰ ਬਸ ਉਹਰੇ ਤੋਂ ਆ ਕਰਕੇ ਹਾਂ ਇਹ ਅੰਦਰ ਪਾਤੀ ਅੱਛਾ ਹੁਣ ਮੇਰੇ ਵਾਸ਼ੂ ਵਿੱਚ ਨਹੀਂ ਆ। ਅੱਛਾ ਇਹ ਜਣੀਏ ਦੇ ਵਿੱਚ ਇੱਕ ਲੋਕ ਕੰਮ ਕਰਦਾ ਹੈਗਾ। ਹਾਂ। ਇਹ ਹੁਣ ਲੋਕ ਲਾ ਦੋ ਇਹਨੂੰ। ਲੋਕ। ਹਾਂ। ਆ ਦੀ ਤੋਂ ਇੱਧਰੋਂ। ਹਾਂ। ਕਰਕੇ। ਹਾਂ। ਹੁਣ ਵਾਸ਼ੂ ਚ ਆ ਗਏ। ਉਹ ਕੀ ਬਾਤ ਹੈ ਭਾਈ ਬਹੁਤ ਕਮਾਲ ਦੀ ਚੀਜ਼ ਹੈ ਯਾਰ ਮੈਂ ਹੈਰਾਨ ਰਹਿ ਗਿਆ ਵੀ ਐਡਾ ਕਪੱਚਾ ਇਸ ਤਰੀਕੇ ਨਾਲ ਸਫਾਈ ਨਾਲ ਕੰਮ ਕਰ ਸਕਦਾ ਇੱਕ ਹੋਰ ਜਾਦੂ ਹੈ ਦੇ ਕੋਲੇ। ਹੋਰ ਟ੍ਰਿਕ ਆ ਉਹ ਬਹੁਤ ਜ਼ਬਰਦਸਤ ਹੈ ਤੇ ਉਹ ਜਦੋਂ ਦੇਖੋਗੇ ਨਾ ਹੈਰਾਨ ਰਹਿ ਜਾਓਗੇ ਤੇ ਆ ਮੈਨੂੰ ਦੇ ਦਿਓ ਤੁਸੀਂ। ਤੇ ਉਹ ਦੂਜਾ ਚੱਕ ਲਓ ਕੋਈ ਨਾ ਤੇ ਹੁਣ ਇੱਕ ਹੋਰ ਬੜਾ ਕਮਾਲ ਦੀ ਚੀਜ਼ ਆ ਯਾਰ ਕਿ ਜਿੱਥੇ ਬੱਚੇ ਗੇਮਾਂ ਦੇ ਵਿੱਚ ਬਿਜ਼ੀ ਨਹੀਂ ਨਾ ਇਹ ਬੱਚੀ ਬਾਈ ਜੀ ਹੁਰੀ ਮੈਨੂੰ ਦੱਸਦੇ ਸੀ ਉਹ ਕਹਿੰਦੇ ਇਹ ਕੰਪਿਊਟਰ ਤੋਂ ਵੀ ਕਹਿੰਦੇ ਤੇਜ਼ ਆ ਇੱਕ ਵਾਰ ਇਹ ਦੀ ਚੀਜ਼ ਸਾਹਮਣੇ ਕਰ ਦੋ ਤਾਂ ਇਹਨੇ ਆਪਣੇ ਆਪ ਹੀ ਉਹ ਚੀਜ਼ ਕੈਚ ਕਰਕੇ ਪਰਫਾਰਮ ਕਰਕੇ ਦਿਖਾ ਦੇਣੀ ਆ ਤੇ ਇਹਨੇ ਸਾਰਾ ਕੁਝ ਇਹ ਦੇਖਿਆ ਵੀ ਆ ਤੇ ਉਹ ਬੰਦੇ ਨਾਲ ਵੀ ਮਲਾਵਾਂਗੇ ਜਿਨ੍ਹਾਂ ਨੇ ਇਸ ਨੂੰ ਟ੍ਰੇਨਡ ਕੀਤਾ ਤੇ ਦੇਖੋ ਫਿਰ ਹਾਂਜੀ ਮੇਰੇ ਕੋਲ ਇੱਕ ਕੜਾ ਰੱਸੀ ਅਧ ਰੁਮਾਰ ਹੈ ਅੱਛਾ ਇਸ ਕੜੇ ਨੂੰ ਮੈਂ ਇਸ ਰੱਸੀ ਨੂੰ ਦੂਰੀ ਕਰਕੇ ਅੱਛਾ ਇਸ ਕੜੇ ਵਿੱਚ ਪਾ ਦਾਂਗੇ ਪਾ ਦਿਓ ਜੀ ਇਹਨੂੰ ਗੰਡ ਦੇ ਦਾਂਗੇ ਮੈਂ ਦੇ ਦਾਂ ਗੰਡ ਬਸ ਆਪ ਹੀ ਦੇ ਦੋਗੇ ਠੀਕ ਆ ਲਓ ਜੀ ਗੰਡ ਆ ਗਈ ਇਹਨੂੰ ਹੁਣ ਤੁਸੀਂ ਇਹਨੂੰ ਖੋਲ ਕੇ ਦਿਖਾਓ ਮੈਂ ਹੁਣ ਖੋਲ ਦੂੰਗਾ ਜੀ ਇਹ ਤਾਂ ਇਧਰ ਦੀ ਕੱਢ ਨਾ ਨਹੀਂ ਇਧਰ ਨਹੀਂ ਕੱਢਣਾ ਇਧਰ ਦੀ ਨਹੀਂ ਕੱਢਣੀ ਅੱਛਾ ਲੋ ਵੀ ਦੇਖੋ ਬਹੁਤ ਫਸਮੀ ਜਾ ਮੁਕਾਬਲਾ ਚੱਲ ਪਿਆ ਗੁੜੀਆਂ ਮੈਨੂੰ ਕਹਿੰਦੀ ਇਹ ਕੜਾ ਕੱਢਣਾ ਇਹ ਚੋਂ ਨਹੀਂ ਬਾਈ ਜੀ ਇਹ ਤਾਂ ਨਿਕਲਦਾ ਨਹੀਂ ਜੀ ਮੈਂ ਕੱਢ ਕੇ ਦਿਖਾਉਣੀ ਤੁਸੀਂ ਥੋੜੀ ਤੋਂ ਵੀ ਨਿਕਲਣਾ ਲਾੜੇ ਸ਼ਰਤ ਮੇਰੇ ਨਾਲ ਹਾਲੇ ਇਹ ਗੰਡ ਵੱਜੀ ਪਈ ਇੱਥੋਂ ਕਿਵੇਂ ਉਧਰ ਦੀ ਕੱਢ ਦੂੰਗਾ ਇੱਧਰੋਂ ਫੜੋ ਤੁਸੀਂ ਇੱਧਰੋਂ ਕੱਢ ਦੂੰਗਾ ਮੈਂ ਨਹੀਂ ਇੱਧਰੋਂ ਹੀ ਕੱਢਣਾ ਇੱਧਰੋਂ ਹੀ ਕੱਢਣਾ ਠੀਕ ਆਹ ਫੜੋ ਲਓ ਜੀ ਫੜ ਲਿਆ ਆਪਾਂ ਆਹ ਫੜ ਲਿਆ ਵੀ ਕੁੱਟ ਕੇ ਗੁੜੀਆਂ ਮੈਨੂੰ ਕਹਿੰਦੀ ਮੈਂ ਕੱਢ ਕੇ ਦਿਖਾਉਂ ਮੈਂ ਕਿਹ ਨਿਕਲਣਾ ਹੈ ਨਹੀਂ ਇਹ ਤੇ ਹੁਣ ਨਿਕਲੂਗਾ ਕਿਵੇਂ ਇਹ ਬਹੁਤ ਵੱਡੀ ਖੇਡ ਆ ਇਹ ਕੋਈ ਜਾਦੂ ਮੰਤਰ ਚੱਲੇ ਇਹਦੇ ਅੰਦਰ ਨਹੀਂ ਹੋਰ ਕੀ ਚੱਲੇ ਹੈ ਉਹ ਛੋਡੀ ਦੀ ਕੀ ਬਾਤ ਆ ਵੀ ਕੀ ਬਾਤ ਆ ਇਹ ਤਾਂ ਕੜਾ ਨਿਕਲ ਗਿਆ ਗੁੜੀਆਂ ਮੈਥੋਂ ਹੀ ਨਿਕਲਿਆ ਨਹੀਂ ਹੈਗੇ ਇਹ ਕਾਰਨ ਕੀ ਹੈ ਇਹਦੇ ਪਿੱਛੇ ਦਾ ਮੈਂ ਕਰਕੇ ਦਿਖਾਉਂਗਾ ਹਾਂ ਕਰਕੇ ਦੇਖੋ ਆ ਰਮਾਲ ਨਾ ਵਰਤੇ ਹੁਣ ਅਹੀਂ ਸਾਡੇ ਸਾਹਮਣੇ ਕਰਕੇ ਦਿਖਾਓ ਤੇ ਇਹ ਬੜੀ ਕਮਾਲ ਦੀ ਚੀਜ਼ ਆ ਯਾਰ ਦੇਖਣ ਵਾਲੀ ਚੀਜ਼ ਆ ਇਹ ਜ਼ਬਰਦਸਤ ਕਿ ਇਹ ਐਡੀ ਕਲਾ ਹੀ ਬੱਚੇ ਕੋਲੇ ਕਿਵੇਂ ਆਈ ਗੰਡ ਦੇ ਦੇ ਇਹਨੂੰ ਗੰਡ ਦੇ ਦੇ ਠੀਕ ਹੈ ਜੀ ਆ ਦੇਤੀ ਆਪਾਂ ਗੰਡ ਇਹਨੂੰ ਢਿੱਲਾ ਕਰਕੇ ਇੱਧਰ ਦੀ ਨਾ ਕੱਢੇ ਹੁਣ ਠੀਕ ਹੈ ਇਹਨੂੰ ਢਿੱਲਾ ਕਰਕੇ ਲਓ ਢਿੱਲਾ ਕਰ ਤਾਂ ਇਹਨੂੰ ਤੇ ਦੋ ਉਂਗਲੀਆਂ ਪਸਾ ਕੇ ਹੂੰ ਉਹ ਥੋਡੀ ਦੀ ਕੀ ਬਾਤ ਹੈ ਯਾਰ ਕਮਾਲ ਦਾ ਹੈ ਯਾਰ ਛੋਟਾ ਜਿਹਾ ਬੱਚਾ 8 ਸਾਲਾਂ ਦਾ ਬੱਚਾ ਇਹ ਛੋਟਾ ਜਿਹਾ ਗੁੜੀਆ ਬਹੁਤ ਪਿਆਰੀ ਹੈ ਇਹ ਜੀ ਟਰਿਕ ਕਰਦੀ ਹੈ ਕਮਾਲ ਦੀ ਗੱਲ ਹੈ ਗੁੜੀਆ ਇਹ ਸਾਰੀਆਂ ਚੀਜ਼ਾਂ ਸਿੱਖੀਆਂ ਕਿ ਤੁਹਾਨੂੰ ਇੰਟਰਨੈਟ ਤੋਂ ਦੇਖੀਆਂ ਨੇ YouTube ਤੇ ਐਕਚੁਅਲੀ YouTube ਤੇ ਤੁਹਾਨੂੰ ਦੇਦੀ ਇਹ ਸਾਰੇ ਕੋ YouTube ਤੋਂ ਦੇਖ ਕੇ ਆਪ ਕਰਨ ਦੀ ਕੋਸ਼ਿਸ਼ ਕਰਦੇ ਹੋ ਹੈ ਤੇ ਫਿਰ ਇਹ ਕਿੰਨਾ ਟਾਈਮ ਹੋ ਗਿਆ ਹੈ ਸਿੱਖਦੇ ਨੂੰ ਕਿੰਨਾ ਟਾਈਮ ਹੋ ਗਿਆ ਬਸ ਤੋਂ ਥੋੜੇ ਦਿਨ ਹੋਏ ਨੇ ਥੋੜੇ ਦਿਨ ਕਿੰਨੇ ਕਿੰਨੇ ਦਿਨ ਦੋ ਦਿਨ ਦੋ ਦਿਨਾਂ ਚ ਸਿੱਖ ਗਿਆ ਮੈਨੂੰ ਵੀ ਸਿਖਾ ਦੋਗੇ ਹੈ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਬੱਚੀ ਨਾਲ ਹੋਰ ਗੱਲਾਂ ਬਾਤਾਂ ਕਰਦੇ ਆ ਕੁੜੀਆਂ ਮੈਨੂੰ ਇਹ ਦੱਸੋ ਵੀ ਇਹ ਰਮਾਲ ਵਾਲਾ ਰਮਾਲ ਦਾ ਵੀ ਕੋਈ ਜਾਦੂ ਸੀਗਾ ਜਿਹੜਾ ਉੱਤੇ ਆਪਾਂ ਰਮਾਲ ਪਾਇਆ ਇਹਦਾ ਵੀ ਕੋਈ ਜਾਦੂ ਸੀਗਾ ਨਹੀਂ ਇਹਦਾ ਨਹੀਂ ਫਿਰ ਉਹ ਤੇ ਪਾਉਣ ਦਾ ਕਾਰਨ ਕੀ ਸੀ ਲੁਕੋਣੀ ਸੀ ਚੀਜ਼ ਹਾਂ ਉਹ ਲੁਕ ਕੇ ਕਰਨੀ ਸੀ ਲੁਕ ਕੇ ਕਰਨੀ ਸੀ ਉਹ ਬਾਤ ਦੱਸੋ ਹੁਣੇ ਦੱਸੋ ਫਿਰ ਬਾਅਦ ਚ ਨਹੀਂ ਦੱਸਣੀ ਹੁਣੇ ਦੱਸੋ ਕਿਸ ਨੇ ਪਤਾ ਉਹ ਕੀਤੀ ਸੀ ਉਹ ਹੀ ਕੀਤੀ ਸੀ ਅੱਛਾ ਜਾਣੀ ਏ ਪੜਦਾ ਪਤਾ ਉਹ ਚੀਜ਼ ਦੇ ਉੱਤੇ ਮੈਂ ਮੈਂ ਕਰਕੇ ਦੇਖਾ ਇਹ ਲਓ ਹੁਣ ਇਹਦੀ ਗੰਡ ਮਾਰੋ ਇੱਕ ਵਾਰ ਜਿਵੇਂ ਮੈਥੋਂ ਮੈਨੂੰ ਕਹਿੰਦੇ ਸੀ ਗੰਡ ਮਾਰਨੀ ਇਹਦੀ ਤੇ ਆਪਾਂ ਵੀ ਕਰਕੇ ਦੇਖਦੇ ਆਂ ਬਈ ਸੋਚੇ ਆਪਾਂ ਵੀ ਜਾਦੂਗਰ ਬਣ ਜਾਈਏ ਤੇ ਆ ਬਾਤੀ ਲੋ ਆ ਫੜਿਓ ਆ ਲਓ ਜੀ ਫੜ ਲਿਆ ਇਹ ਗੰਡੇ ਵੀ ਕੋਈ ਖਾਸ ਤਰੀਕੇ ਦੀ ਗੁੜੀਆਂ ਮਾਰਦੀ ਆ ਤੇ ਆਲੋ ਪੱਜ ਗਿਆ ਹਨਾ ਹੁਣ ਇਹ ਚੀਜ਼ ਇੱਥੋਂ ਨਿਕਲ ਨਹੀਂ ਸਕਦੀ ਹਨਾ ਹੁਣ ਫਿਰ ਮੈਂ ਕਿਵੇਂ ਕਰਾਂ ਮੈਨੂੰ ਸਿਖਾਓ ਇਹ ਓ ਟਿੱਲਾ ਕਰ ਦਿਓ ਕਿਨੂੰ ਟਿੱਲਾ ਕਰਾਂ ਇਹਨੂੰ ਉੱਪਰਲੀ ਚੀਜ਼ ਨੂੰ ਇਹਨੂੰ ਟਿੱਲਾ ਕਰ ਤਾ ਲਓ ਜੀ ਹੁਣ ਇੱਥੇ ਦੋ ਉਂਗਲ ਆ ਪਸਾਓ ਆ ਵੀ ਖਰਚ ਦੋ ਮਟਰ ਮਾਲ ਜੇਬ ਚ ਪਾ ਲਾ ਮੈਂ ਹਾਂ ਹੁਣ ਇੰਟ ਲਾ ਕਰ ਲੈ ਫਿਰ ਹੁਣ ਇਹ ਜਾ ਫਟੋ ਇਧਰੋਂ ਫੜਦੇ ਹਾਂ ਜੀ ਇਹ ਚ ਦੋ ਉਂਗਲਾ ਪਾਉ ਮੈਂ ਕਰੂੰਗਾ ਜਾਦੂ ਹਾਂ ਪਾ ਲੈ ਅਰੇ ਇਧਰ ਵੀ ਪਾਖੋ ਇਧਰ ਵੀ ਕਿ ਉਂਗਲ ਪਾਵਾਂ ਹਾਂ ਹੁਣ ਇਹਨੂੰ ਐ ਕਰ ਦੋ ਕਿਵੇਂ ਕਰਾਂ ਐ ਕਰ ਲਓ ਹੁਣ ਇਹ ਫਿਰ ਵੀ ਨਿਕਲਦਾ ਇਹ ਤਾਂ ਫੇਰ ਵਿੱਚ ਫਸ ਗਿਆ ਉਧਰ ਦੀ ਤਾਂ ਨਿਕਲੀ ਜਾਊਗਾ ਇਹ ਇਧਰੋਂ ਇਹ ਬਾਤੋਂ ਕੱਢਣਾ ਲੇ ਵੇ ਹੁਣ ਦੁਬਾਰੇ ਕਰਦੇ ਆ ਇੱਕ ਵਾਰ ਹਨਾ ਇਹਨੂੰ ਬਰਾਬਰ ਕਰਨ ਵਾਲਾ ਵੀ ਕੋ ਚੱਕਰ ਹੁੰਦਾ ਅੱਛਾ ਬਰਾਬਰ ਵਾਲਾ ਕੋ ਚੱਕਰ ਨਹੀਂ ਹੈ ਠੀਕ ਹੈ ਜੀ ਇਹ ਮੈਨੂੰ ਵੀ ਹਿਸਾਬ ਚ ਆਇਆ ਨਹੀਂ ਹੈਗਾ ਇਹ ਗੁੜੀਆਂ ਤੋਂ ਹੀ ਸਿੱਖ ਰਿਹਾ ਜ਼ਰਾ ਆਹ ਲਓ ਆਹ ਗੰਡ ਵੱਜੀ ਹੈ ਹਨਾ ਹੁਣ ਤੁਸੀਂ ਮੈਨੂੰ ਢਿੱਲਾ ਕਰਕੇ ਇਹਨੂੰ ਢਿੱਲਾ ਕਰ ਲਿਆ ਨੋ ਐ ਕਰਕੇ ਅੱਛਾ ਲੱਗ ਗਿਆ ਵੀ ਪਤਾ ਲੱਗ ਗਿਆ ਮੈਨੂੰ ਵੀ ਲਓ ਬਈ ਇੱਕ ਕੁੜੀਆ ਖੜੀ ਹੈ ਮੇਰੇ ਨਾਲ 11 ਸਾਲਾਂ ਦੀ ਉਮਰ ਹੈ ਨਾਮ ਇਹਦਾ ਮਨਵੀਰ ਕੌਰ ਹੈ ਕਲਾਸ 6ਵੀਂ ਚ ਪੜਦੀ ਹੈ ਕੁੜੀਆ ਤੇ ਇਹ ਵੀ ਕਹਿੰਦੀ ਮੈਂ ਚਮਤਕਾਰ ਕਰਕੇ ਦਿਖਾਉਣੀ ਹੈ ਇਹ ਵੀ ਢੂੰਗੀ ਬਾਬਿਆਂ ਵਾਲੇ ਖਾਸੇ ਕੰਮ ਉਹਨਾਂ ਦੇ ਪੜਦੇ ਫੁੱਲ ਲੈਂਦੇ ਕੁੜੀਆ ਤੋਂ ਪੁੱਛਦੇ ਆ ਅੱਜ ਕੀ ਕੀ ਹੈ ਕੀ ਕਰੋਗੇ ਅੱਜ ਖਾਸ ਅੱਜ ਮੈਂ ਕੀਪ ਦਾ ਟਰਿਕ ਦਿਖਾਵਾਂਗੀ ਹਾਂ ਦਿਖਾਓ ਜੀ ਇਹ ਇੱਕ ਮੇਰੇ ਕੋਲ ਖਾਲੀ ਕੀਪ ਹੈ ਠੀਕ ਹੈ ਜੀ ਹੁਣ ਮੈਂ ਇਹਦੇ ਵਿੱਚ ਪਾਣੀ ਪਾਵਾਂਗੀ ਠੀਕ ਹੈ ਜੀ ਪਾਣੀ ਪੈ ਗਿਆ ਤੇ ਇਹ ਪਾਣੀ ਸਾਰਾ ਗਲਾਸ ਵਿੱਚ ਆ ਗਿਆ ਗਲਾਸ ਆ ਗਿਆ ਠੀਕ ਹੈ ਜੀ ਸਾਰੇ ਤੁਸੀਂ ਪੀ ਲਓ ਪੀਣਾ ਪਾਣੀ ਜੀ ਮੈਂ ਦੋ ਬਈ ਮੈਂ ਪਾਣੀ ਪੀਣ ਲੱਗਾਂ ਦੇਖਦੇ ਕੀ ਬਣਦਾ ਸਰੇ ਇਹ ਪਾਣੀ ਹੁਣ ਜਿਹੜਾ ਤੁਹਾਡੇ ਪੇਟ ਚ ਗਿਆ ਇਹ ਦੋ ਹੀ ਤਰੀਕੇ ਨਾਲ ਨਿਕਲ ਸਕਦਾ ਹੈ ਜਾਂ ਇਹ ਆਪਰੇਸ਼ਨ ਕਰਕੇ ਨਿਕਲ ਸਕਦਾ ਹੈ ਜਾਂ ਇਹ ਜਾਦੂ ਨਾਲ ਤੁਸੀਂ ਕਿਸ ਚੀਜ਼ ਨਾਲ ਕਢਵਾਉਣਾ ਚਾਹੁੰਦੇ ਹੋ ਜਾਦੂ ਨਾਲ ਕਢੋ ਜੀ ਆਪਰੇਸ਼ਨ ਨਾਲ ਤਾਂ ਨਿਕਲ ਹੀ ਜਾਊਗਾ ਹੁਣ ਹਾਂਜੀ ਤੇ ਜਾਦੂ ਦੇਖੋ ਦੇਖੀਏ ਤੁਹਾਡਾ ਜਾਦੂ ਕਹੇ ਜਾਈਏ ਸਰ ਇੱਥੇ ਆ ਜਾਓ ਇੱਥੇ ਆਵਾਂ ਜੀ ਲਓ ਜੀ ਆ ਗਈ ਕੀ ਕਰਾਂ ਹੁਣ ਕੰਨ ਕਰ ਹਾਂਜੀ ਲਓ ਬਈ ਗੁੜੀਆ ਕਹਿੰਦੀ ਕੰਨ ਕਰੋ ਤੇ ਮੈਂ ਪਾਣੀ ਪੀਤਾ ਹੋਇਆ ਇਹ ਇਹ ਪਾਣੀ ਦੀ ਆਵਾਜ਼ ਆਉਣ ਲੱਗੀ ਹੈ ਇਹ ਕਿਤੇ ਮੇਰੇ ਪਾਣੀ ਕੰਨ ਚੋਂ ਤਾਂ ਨਹੀਂ ਨਿਕਲ ਰਿਹਾ ਇਹ ਸਰ ਜਿਹੜਾ ਤੁਸੀਂ ਪਾਣੀ ਪੀਤਾ ਸੀ ਉਹ ਸਾਰਾ ਗਲਾਸ ਚ ਆ ਗਿਆ ਇਹ ਫਿਰ ਮੇਰੇ ਕੰਨ ਵਿੱਚ ਦੀ ਨਿਕਲਿਆ ਹਾਂਜੀ ਉਹ ਕਿਆ ਬਾਤ ਆ ਬਈ ਇਹ ਬੜੀ ਚਮਤਕਾਰੀ ਚੀਜ਼ ਹੈ ਪਹਿਲੀ ਵਾਰ ਦੇਖੀ ਹੈ ਕਿ ਪਾਣੀ ਮੇਰੇ ਕੰਨ ਦੇ ਵਿੱਚ ਨਿਕਲਣ ਲੱਗਿਆ ਇਹ ਗੁੜੀਆ ਕਿਵੇਂ ਪਾਣੀ ਪੀਤਾ ਮੈਂ ਤੇ ਮੇਰੇ ਕੰਨ ਵਿੱਚ ਦੀ ਆ ਗਿਆ ਤੇ ਫਿਰ ਗਲਾਸ ਚ ਵਾ ਗਿਆ ਇਹ ਚੱਕਰ ਕੀ ਹੈ ਇਹ ਕੋਈ ਆਮ ਕੀਪ ਬਜ਼ਾਰਾਂ ਵਾਲੀ ਨਹੀਂ ਹੈ ਇਹ ਬਾਰ ਬੰਗਾਲ ਤੋਂ ਮੰਗਵਾਈ ਗਈ ਹੈ ਹੂੰ ਇਹਦੇ ਵਿੱਚ ਜਦੋਂ ਮੈਂ ਪਾਣੀ ਪਾਇਆ ਸੀ ਮੈਂ ਥੱਲੇ ਉਂਗਲ ਰੱਖੀ ਸੀ ਤੇ ਬਾਅਦ ਚ ਇੱਥੇ ਇੱਕ ਸੁਰਾਖ ਹੈ ਇਹ ਡਬਲ ਹੈ ਇਹਦੇ ਵਿੱਚ ਪਾਣੀ ਚਲਾ ਗਿਆ ਸੀ ਸੁਰਾਖ ਨੂੰ ਮੈਂ ਦੱਬ ਲਿਆ ਤੇ ਬਾਚ ਛੋਡੇ ਕੰਨ ਨਾਲ ਲਾ ਕੇ ਇਹ ਗੂਠਾ ਮੈਂ ਉੱਤੇ ਚੱਕ ਲਿਆ ਸੀ ਤੇ ਉਹ ਪਾਣੀ ਸਾਰਾ ਗਲਾਸ ਵਿੱਚ ਚਾ ਗਿਆ ਤੇ ਜਿਹੜਾ ਪਾਣੀ ਪਹਿਲਾਂ ਗਲਾਸ ਚ ਪਾਇਆ ਸੀ ਉਹ ਉਹ ਅੱਧਾ ਪਾਣੀ ਸੀ ਨਹੀਂ ਉਹ ਅੱਧਾ ਪਾਣੀ ਗਲਾਸ ਚ ਪਾਇਆ ਸੀ ਹਾਂ ਹਾਂਜੀ ਅੱਧਾ ਪਾਣੀ ਕੀਪ ਦੇ ਵਿੱਚ ਰਹਿ ਗਿਆ ਫਿਰ ਹਾਂਜੀ ਤੇ ਮਤਲਬ ਜਿਹੜਾ ਆ ਸਰਾਖ ਹੈ ਇਹਦਾ ਸਾਰਾ ਚਮਤਕਾਰ ਹੈ ਹੈ ਹਾਂਜੀ ਤੇ ਜਦੋਂ ਇਹਦੇ ਉੱਤੇ ਰੱਥ ਹੱਥ ਰੱਖ ਲੈਂਦੇ ਉਹਨੂੰ ਪਾਣੀ ਬੰਦ ਹੋ ਜਾਂਦਾ ਹਾਂਜੀ ਜਦੋਂ ਇਹਨੂੰ ਚੱਕ ਲੈਨੇ ਆ ਤੇ ਪਾਣੀ ਥੱਲੇ ਨੂੰ ਜਾਣ ਦਾ ਕਿੰਦਾ ਇਹ ਚਮਤਕਾਰ ਹੈ ਜੀ ਹਾਂਜੀ ਕੀ ਬਾਤ ਆ ਬਈ ਬਹੁਤ ਖਾਸ ਕਰ ਲੈ ਚਮਤਕਾਰ ਆ ਤੇ ਕੁੜੀਆਂ ਹੋਰ ਵੀ ਕੋਈ ਚਮਤਕਾਰ ਹੈਗਾ ਤੁਹਾਡੇ ਕੋਲ ਹਾਂਜੀ ਦਿਖਾਓ ਫਿਰ ਉਹ ਵੀ ਕਿਹੜਾ ਕ ਚਮਤਕਾਰ ਆ ਤੇ ਦੋ ਚਮਤਕਾਰ ਕੁੜੀਆਂ ਕਰਕੇ ਦਿਖਾਓਗੀ ਕੈਮਰੇ ਸਾਹਮਣੇ ਤੁਹਾਡੇ ਸਾਹਮਣੇ ਅੱਜ ਤੇ ਦੇਖਦੇ ਆ ਕੀ ਨਿਕਲਦਾ ਸੱਪ ਕਾਫੀ ਵੱਡੇ ਨੇ ਹਾਂਜੀ ਆ ਕੀ ਆ ਹੁਣ ਮੈਂ ਰੱਸੀਆਂ ਵਾਲੇ ਟ੍ਰਿਕ ਕਰਕੇ ਦਿਖਾਉਣ ਲੱਗੀ ਹਾਂ ਦਿਖਾਓ ਜੀ ਇਹ ਸਾਰਿਆਂ ਨਾਲ ਛੋਟਾ ਗਰੀਬ ਹਾਂ ਏ ਉਸ ਤੋਂ ਥੋੜਾਇਆ ਵੱਡਾ ਠੀਕ ਠੀਕ ਅੱਛਾ ਠੀਕ ਠੀਕ ਏ ਸਭ ਤੋਂ ਵੱਡਾ ਅਮੀਰ ਅਮੀਰ ਆ ਗਿਆ ਸਾਡੀ ਤਰਕਸ਼ਿਲ ਸੁਸਾਇਟੀ ਚ ਆਉਂਦੀ ਐ ਕਿ ਤਿੰਨੇ ਬਰਾਬਰ ਹੋਣ ਅੱਛਾ ਪਰ ਇਹ ਬਰਾਬਰ ਗੁੜੀਆਂ ਕਦੇ ਹੋ ਹੀ ਨਹੀਂ ਸਕਦੇ ਲੱਗਦਾ ਹੋ ਜਾਣਗੇ ਹਾਂਜੀ ਤੁਸੀਂ ਕਰ ਦੋਗੇ ਹਾਂਜੀ ਕੀ ਬਾਤ ਐ ਵੀ ਗੁੜੀਆਂ ਕਹਿੰਦੀ ਸਾਰਿਆਂ ਨੂੰ ਅਮੀਰ ਕਰ ਦੇਣਾ ਤੇ ਬਰਾਬਰ ਤੇ ਕਰ ਦੇਣਾ ਜਿਵੇਂ ਇਹ ਰਸੀਆਂ ਕਰੂ ਬਰਾਬਰ ਬਰਾਬਰ ਮੇਰੇ ਖਿਆਲ ਨਾਲ ਹੋ ਹੀ ਨਹੀਂ ਸਕਦਾ ਕਿਆ ਬਾਤ ਹੈ ਬਈ ਕਿਆ ਬਾਤ ਹੈ ਤਿੰਨੇ ਰस्सियां ਬਰਾਬਰ ਹੋ ਗਈਆਂ ਪਹਿਲਾਂ ਇਹ ਅਲੱਗ-ਅਡੱਡ ਸੀ ਹਨਾ ਹਾਂਜੀ ਕੋਈ ਵੱਡੀ ਸੀ ਕੋਈ ਛੋਟੀ ਸੀ ਇਹ ਹੋਇਆ ਕਿਵੇਂ ਕੁੜੀਆਂ ਹਾਂਜੀ ਇਹ ਵੀ ਮੈਸਨ ਕਰਕੇ ਦਿਖਾਉਣੀ ਆ ਹਾਂਜੀ ਇਹ ਮੇਰੇ ਕੋਲ ਤਿੰਨ ਰस्सियां ਸੀ ਠੀਕ ਹੈ ਜੀ ਮੈਂ ਛੋਟੀ ਰੱਸੀ ਨੂੰ ਦੂਜੇ ਦੇ ਵਿਚਾਲੇ ਲਾ ਲਿਆ ਹੂੰ ਤੇ ਇਹਨੂੰ ਮੈਂ ਨਾਲ ਲਾ ਲਿਆ ਹੂੰ ਤੇ ਇਹਨੂੰ ਵੀ ਮੈਂ ਨਾਲ ਲਾ ਲਿਆ ਹੂੰ ਇਹ ਤਿੰਨ ਲੜ ਮੈਂ ਫੜ ਕੇ ਖਿੱਚ ਲਏ ਇਹ ਸਾਰਾ ਇਹ ਤਿੰਨ ਲੜ ਆ ਗਏ ਤੇ ਇਹ ਬਰਾਬਰ ਹੋ ਗਿਆ ਤੇ ਮਤਲਬ ਜਿਹੜੀ ਛੋਟੀ ਦੱਸੀ ਸੀ ਉਹਨੂੰ ਗੋਲ ਕਰ ਲਿਆ ਹਾਂਜੀ ਕੀ ਬਾਤ ਹੈ ਬਾਈ ਬਾ ਖੂਬ ਹੈ ਤੇ ਬਹੁਤ ਸੋਹਣਾ ਜਾਦੂ ਆ ਬਾਈ ਤੇ ਇੱਕ ਹੋਰ ਗੁੜੀਏ ਸਾਡੇ ਨਾਲ ਮੌਜੂਦ ਹੈ ਉਹਦਾ ਵੀ ਜਾਦੂ ਦੇਖਦੇ ਆ ਆਜੋ ਫੇਰ ਤੇ ਇਹਾਂ ਗੁੜੀਏ ਇੱਕ ਹੋਰ ਹੈ ਤਿੰਨ ਗੁੜੀਏ ਸੀ ਇੱਥੇ ਤੇ ਇਹ ਗੁੜੀਆਂ ਵੀ ਕਹਿੰਦੀ ਕੋਈ ਚਮਤਕਾਰ ਕਰਨਾ ਚਮਤਕਾਰ ਕਰੋਗੇ ਕੋਈ ਹਾਂਜੀ ਚਮਤਕਾਰ ਕਰਾਂਗੇ ਪਹਿਲਾ ਨਾਮ ਦੱਸੋ ਪਹਿਲਾਂ ਕੀ ਹੈ ਕਮਲਪ੍ਰੀਤ ਕੋਲ ਕਲਾਚ ਨੇ ਉਮਰ ਕਿੰਨੀ ਆ 11 ਤੁਸੀਂ ਵੀ 11 ਸਾਲਾਂ ਦੇ ਹਾਂਜੀ ਠੀਕ ਆ ਤੇ ਆਹ ਦੋ ਮੋਤੀ ਜੇ ਰੱਖੇ ਹੋਏ ਆ ਇਹ ਮੋਤੀਆਂ ਦਾ ਕੋਈ ਖਾਸ ਕਾਰਨ ਹਾਂਜੀ ਕੀ ਕਾਰਨ ਹੈ ਇਹ ਨਾ ਹਾਲਾਗ-ਹਾਲਾਗ ਤਾਂ ਨਹੀਂ ਆਹ ਲਾਲ ਇਹਦੇ ਵਿੱਚ ਆਹ ਗਲਾਸ ਵਿੱਚ ਲਾਲ ਮੋਤੀ ਨੇ ਤੇ ਆਹ ਗਲਾਸ ਵਿੱਚ ਪੀਲੇ ਹੁਣ ਮੈਂ ਆਹ ਪੀਲੇ ਮੋਤੀਆਂ ਨੂੰ ਆਹ ਲਾਲ ਇਹਨਾਂ ਵਿੱਚ ਪਾ ਦਊਂਗੀ ਹੂੰ ਹੁਣ ਇਹਨਾਂ ਨੂੰ ਮਿਕਸ ਕਰ ਦੂੰਗੀ ਹਲਾ ਲੇ ਹਨ ਇਹ ਮਿਲ ਗਏ ਵਿੱਚ ਆਪਸ ਵਿੱਚ ਠੀਕ ਆ ਸਾਰੇ ਇੱੱਚ ਮਿਲਾ ਦੇ ਆਪਾਂ ਠੀਕ ਆ ਜੀ ਹੁਣ ਮੈਂ ਇਹਨਾਂ ਮੋਤੀ ਜਿਹੜੇ ਪੀਲੇ ਨੇ ਉਹ ਅਲੱਗ ਕਰ ਦੂੰਗੀ ਜਿਹੜੇ ਜੱਡ ਨੇ ਉਹ ਅਲੱਗ ਕਰ ਚੁੰਗੀ ਅੱਛਾ ਇਹਦੇ ਵਿੱਚ ਕੋਈ ਜਾਦੂ ਮੰਤਰ ਵਿੱਚ ਕੁਝ ਨਹੀਂ ਹੈਗਾ ਹੂੰ ਇਹ ਹੁਣ ਗੁੜੀਆਂ ਕੀ ਕਰਦੇ ਆ ਅਲੱਗ-ਅਲੱਗ ਕਰੂੰਗੇ ਦੇਖੋ ਵੇ ਕੀ ਬਣਦਾ ਤੇ ਅੱਜ ਕੱਲ ਦੇ ਜਵਾਕ ਜਿਵੇਂ ਕਰਦੇ ਹੁੰਨੇ ਗੱਲ ਆਪਾਂ ਬਹੁਤ ਜ਼ਿਆਦਾ ਕੰਪਿਊਟਰ ਤੋਂ ਵੀ ਤੇਜ਼ ਨੇ ਤੇ ਜਾਦੂਗਰ ਫੇਰ ਕਰ ਦੇਣਗੇ ਇੱਕ ਦਿਨ ਤਾਂ ਇਹ ਦੇਖੋ ਫਿਰ ਉਹ ਕਿਆ ਬਾਤ ਹੈ ਲਾਲ ਵਾਲੇ ਲਾਂਚ ਆ ਗਏ ਹਨਾ ਪੀਲੇ ਵਾਲੇ ਪੀਲੇ ਚ ਆ ਗਏ ਇਹ ਕੋਈ ਜਾਦੂ ਮੰਤਰ ਕੋ ਖਾਸ ਟਰਿਕ ਵਰਤੇ ਕੁੜੀ ਇਹ ਨਹੀਂ ਜੀ ਬਸ ਆਈਆਂ ਬਸ ਹੱਥ ਦਾ ਖੇਲ ਹੈ ਹਾਂ ਤੇ ਆਹ ਆ ਲਾਲ ਵਾਲੇ ਏ ਕੀ ਚੱਕਰ ਹੈ ਸਮਝਾਉਂਗੇ ਮਾੜਾ ਸਾਡੇ ਦਰਸ਼ਕਾਂ ਨੂੰ ਹਾਂਜੀ ਆ ਨਾ ਇਹ ਵੀ ਤਾਂ ਜੁੜੇ ਹੋਏ ਨੇ ਦਿਖਾ ਦਿਓ ਇੱਕ ਵਾਰੀ ਜਾਣੀ ਇਹ ਜੁੜੇ ਦੇ ਜੁੜੇ ਹੋਏ ਨੇ ਟੇਡਾ ਕਰਕੇ ਦਿਖਾ ਦਿਓ ਇੱਕ ਵਾਰੀ ਕੀ ਬਾਤ ਹੈ ਮਤਲਬ ਇਹ ਆਪਣੀ ਜਗਾ ਤੇ ਹੀ ਰਹਿਗੇ ਜਿਹੜੇ ਹਿਲਦੇ ਜੁਲਦੇ ਜਿਹੜੇ ਹਿਲਦੇ ਜੁਲਦੇ ਨੂੰ ਪੀਲੇ ਨੇ ਹਨਾ ਹਾਂਜੀ ਤੇ ਆ ਮੈਂ ਵੀ ਕਰ ਲੂੰਗਾ ਤਾਂ ਫਿਰ ਆ ਦੇਖੋ ਆਪਾਂ ਐ ਹਾਲਾਤੇ ਤੇ ਐ ਕਰਕੇ ਐ ਕਰਦਾ ਜਿਹੜੇ ਲਾਲ ਨੇ ਉਹ ਤਾਂ ਇੱਕ ਜਗ੍ਹਾ ਹੀ ਨੇ ਕਿਉਂਕਿ ਉਹ ਇੱਕ ਲੜੀ ਦੇ ਵਿੱਚ ਪਰੋਏ ਹੋਇਆ ਕਿਆ ਬਾਤ ਆ ਕੁੜੀ ਇਹ ਸਾਰਾ ਚਮਤਕਾਰ ਇਹ ਜਾਦੂ ਹੁਣ ਗੱਲ ਕਰ ਲਈ ਸਿਖਾਇਆ ਕਿਹਨੇ ਇਹ ਇਹ ਮੇਰਾ ਅੰਕਲ ਸੋਨੀ ਅੰਕਲ ਜੀ ਨੇ ਸਿਖਾਇਆ ਨੇ ਮੈਨੂੰ ਅੱਛਾ ਤੇ ਹਫਾ ਸੋਨੀ ਅੰਕਲ ਜੀ ਨੂੰ ਮਿਲਦੇ ਇੱਕ ਵਾਰ ਆ ਜਾਓ ਫਿਰ ਆ ਜਿਹੜੇ ਸਾਰੇ ਟਰਿਕ ਦਿਖਾਏ ਆ ਨਾ ਤਿੰਨੇ ਬੱਚੀਆਂ ਦੇ ਤੇ ਇਹਦੇ ਪਿੱਛੇ ਇੱਕ ਬੰਦੇ ਦੀ ਮਿਹਨਤ ਕੰਮ ਕਰਦੀ ਹੈ ਤੇ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲੈਣ ਜਸਵੀਰ ਸੋਨੀ ਜੀ ਦੇ ਇੰਟਰਵਿਊ ਬਹੁਤ ਦੇਖਿਆ ਨੇ ਤੇ ਅੱਜ ਇਹਨਾਂ ਦੇ ਛੋਟੇ ਛੋਟੇ ਸ਼ਗਿਰਤ ਤੇ ਛੋਟੇ ਛੋਟੇ ਚੇਲੇ ਆ ਗਏ ਬਾਈ ਜੀ ਆ ਗੁੜੀਆਂ ਬਹੁਤ ਤੇਜ ਹੈ। ਬੋਲਣ ਚ ਵੀ ਬਹੁਤ ਤੇਜ ਹੈ। ਪਹਿਲਾਂ ਇਹ ਦੱਸੋ ਕਿ ਇਹ ਜਦੋਂ ਜਾਦੂ ਸਿਖਾਇਆ ਕਿੰਨੇ ਦਿਨਾਂ ਦੀ ਇੱਥੇ ਮਿਹਨਤ ਲੱਗੀ ਆ ਤਿੰਨਾਂ ਗੁੜੀਆਂ ਦੇ ਉੱਤੇ? ਸਰ ਇਹ ਦਿਨ ਤੱਕ ਕੁਝ ਵੀ ਨਹੀਂ ਸਿਰਫ ਇਹਨਾਂ ਨੂੰ 2 ਘੰਟੇ ਲਾਏ। ਅੱਛਾ 2 ਘੰਟਿਆਂ ਦੇ ਵਿੱਚ ਸਾਰਾ ਸਿੱਖ ਗਿਆ। ਇਹ ਜਿਹੜੀ ਗੁੜੀਆ ਛੋਟੀ ਇਹਦਾ ਕਹਦੇ ਵੀ ਇੱਕ ਮਤਲਬ ਮਨੁੱਖੀ ਕੰਪਿਊਟਰ ਹੈ। ਕੰਪਿਊਟਰ ਹੈ। ਇਹ ਮੈਨੂੰ ਲੱਗਿਆ ਵੀ ਇਹ ਛੋਟਾ ਕੰਪਿਊਟਰ ਹੈ। ਤੇ ਇਹ ਬੱਚੀ ਦਾ ਮਤਲਬ ਜਿਹੜਾ ਸੀਗਾ ਗੇਂਦ ਵਾਲਾ ਜਿਹੜਾ ਟਰਿਕ ਸੀਗਾ ਉਹ ਮੇਰੇ ਖਾਲ ਮੈਂ 3-4 ਵਾਰੀਆਂ ਦੇ ਵਿੱਚ ਇਹਨੂੰ ਮਦਸਿਆ ਦੇ ਆਪਣੇ ਆਪ ਹੀ ਕਰਨ ਲ ਤੇ ਉਹ ਕੜੇ ਵਾਲਾ ਬਾਈ ਜੀ ਆਮ ਬੰਦੇ ਦੇ ਹਿਸਾਬ ਚ ਨਹੀਂ ਆਉਂਦੀ ਚੀਜ਼ ਬਿਲਕੁਲ ਹਾਂਜੀ ਤੇ ਕੜੇ ਵਾਲਾ ਇਹਨੇ ਬਹੁਤ ਬਖੂਬੀ ਕਰਕੇ ਦਿਖਾਇਆ ਹਾਂਜੀ ਤੇ ਉਹ ਕੜੇ ਵਾਲਾ ਵੀ ਜਿਹੜਾ ਸੀਗਾ ਉਹ ਵੀ ਇਹਨੂੰ ਮੈਂ ਦੋ ਵਾਰੀ ਸਮਝਾਇਆ ਇਹਨੂੰ ਅੱਛਾ ਤੇ ਦੋ ਤਿੰਨ ਵਾਰੀਆਂ ਸਮਝਾਇਆ ਦੋ ਤਿੰਨ ਵਾਰੀਆਂ ਦੇ ਵਿੱਚ ਇਹ ਆਪਣੇ ਆਪ ਹੀ ਕਰਨ ਲੱਗ ਗਿਆ ਅੱਛਾ ਇਹ ਬੱਚੀ ਦਾ ਵੀ ਮਤਲਬ ਇਦਾਂ ਹੀ ਹੈ ਚਲੋ ਉਹ ਥੋੜੀ ਜਿਹਾ ਜ਼ਿਆਦਾ ਤੇਜ਼ ਹੈ ਇਹਨਾਂ ਨੂੰ ਤੇ ਇਸ ਬੱਚੀ ਨੇ ਵੀ ਮਤਲਬ 2 ਘੰਟੇ ਮੈਂ ਇਹਨਾਂ ਨੂੰ ਸਾਰਾ ਸਿਖਾਇਆ ਸੀਗਾ ਪਾਣੀ ਵਾਲਾ ਤੇ ਸਾਰਾ ਉਹ ਜਿਹੜਾ ਕਰਕੇ ਲੈ ਕੇ ਤੇ 2 ਘੰਟੇ ਦੇ ਵਿੱਚ ਸਾਰੇ ਇਹਨਾਂ ਬੱਚਿਆਂ ਨੇ ਮਤਲਬ ਉਹ ਟ੍ਰੈਕ ਜਿਹੜੇ ਸ ਬਾਈ ਕਮਾਲ ਦੀ ਗੱਲ ਹੈ ਸਿਰਫ 2 ਘੰਟੇ ਦੀ ਮਿਹਨਤ ਲੱਗੀ ਜੀ ਬਸ 2 ਘੰਟੇ ਚ ਸਾਰਾ ਕੁਝ ਸਿੱਖ ਗਿਆ ਕੀ ਬਾਤ ਹੈ ਬਾਈ ਜੀ ਫਿਰ ਜਿਹੜੇ ਜਾਦੂਗਰ ਨੇ ਜਾਦੂਗਰਾਂ ਨੂੰ ਤਾਂ ਫੇਰ ਕਰ ਦੇਣਗੇ ਇਹ ਬਿਲਕੁਲ ਸਰ ਇਹ ਜੇ ਹੁਣ ਦੇਖੋ ਬੱਚੀਆਂ ਨੇ ਅਸਲ ਕੀ ਸੀਗਾ ਕਿ ਮੈਂ ਅੱਜ ਅਸੀਂ ਲੈ ਕੇ ਨਹੀਂ ਆਏਗੇ ਬੇਟੀ ਇਹ ਮੈਂ ਤੁਹਾਨੂੰ ਥੋੜਾ ਦੱਸ ਦਿਆਂ ਕਿ ਇਹ ਬੇਟੀ ਜਿਹੜੀ ਹੈਗੀ ਹੈ ਸਾਡੀ ਸਾਡੇ ਜਿਹੜੇ ਮਾਨਸਾ ਜ਼ੋਨ ਦੇ ਹੂੰ ਜਰਨਸ ਖਤਰ ਨੇ ਠੀਕ ਹੈ ਜੀ ਉਮ ਤਾਂ ਸਾਡੇ ਵਿਭਾਗ ਬਣੇ ਤਰਕੀ ਸੋਸਾਇਟੀ ਦੇ ਅੱਛਾ ਜੀ ਤੇ ਵਿਭਾਗ ਬਣੇ ਹੋਏ ਸਾਡੇ ਚਲੋ ਦਰਸ਼ਕਾਂ ਨੇ ਲੰਮੀ ਗੱਲ ਸਮਝ ਨਹੀਂ ਸਮਝਦੇ ਜਰਨਸ ਖਤਰ ਕਹ ਲੈਣੇ ਜਰਨਸ ਖਤਰ ਉਹਦੀ ਬੇਟੀ ਹੈ ਜੀ ਅੱਛਾ ਜਿਹੜੇ ਸਾਡੇ ਮਾਨਸਾ ਚੋਂ ਹੁੰਦੇ ਨੇ ਇਹ ਦੋਨੇ ਬੇਟੀਆਂ ਜਿਹੜੀਆਂ ਇਹ ਹੈਗੀਆਂ ਨੇ ਇਹ ਬੇਟੀਆਂ ਮਤਲਬ ਸਾਡੇ ਜਿਹੜੇ ਕੁਲਰੀਆਂ ਇਕਾਈ ਦੇ ਪ੍ਰਧਾਨ ਨੇ ਇਕਾਈ ਦੇ ਪ੍ਰਧਾਨ ਨੇ ਇਹ ਦੋਨੇ ਬੱਚੀਆਂ ਉਹਦੀਆਂ ਬੱਚੀਆਂ ਨੇ ਠੀਕ ਹੈ ਤੇ ਕੱਲ ਫਿਰ ਮੈਂ ਉੱਥੇ ਮਤਲਬ ਇਹਨਾਂ ਨੂੰ ਜਾ ਕੇ ਦੁਪਹਿਰੇ ਹੀ ਗਿਆ ਸੀ ਆ ਮੈਂ ਅੱਛਾ ਮੇਰੇ ਕੋਲ ਕਿ 11:30 11:30 12:00 ਵਜੇ ਅੱਛਾ ਤੇ 3 ਵਜੇ ਨੂੰ ਟਿਊਸ਼ਨ ਤੇ ਜਾਣਾ ਹੁੰਦਾ ਹੈਗਾ ਬਸ ਉਹਨਾਂ ਨਾਲ ਤੁਸੀਂ ਦੇਖ ਲਓ ਵੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ। ਬਾਈ ਕਮਾਲ ਦੀ ਗੱਲ ਆ ਬਾਈ। ਇਨ ਨਜ਼ਰ ਦੇ ਵਿੱਚੀ ਮਤਲਬ ਜੇ ਆਪਾਂ ਦੇਖੀ ਪਏ ਜਿਵੇਂ ਕੈਮਰੇ ਦੇ ਸਾਹਮਣੇ ਬੱਚੀਆਂ ਬੋਲੀਆਂ ਤੇ ਆਈਆਂ ਨਹੀਂ ਆ। ਹਾਲੇ ਕਿ ਬੱਚਾ ਕੈਮਰਾ ਦੇਖ ਕੇ ਡਰ ਜਾਂਦਾ ਹੈ। ਹਾਂ ਹਾਂ ਪਰ ਫਿਰ ਵੀ ਇਹਨਾਂ ਨੇ ਕਾਫੀ ਮਤਲਬ ਮੈਨੂੰ ਲੱਗਦਾ ਵੀ ਵਧੀਆ ਕੀਤਾ ਹੈਗਾ। ਔਰ ਉਮੀਦ ਕਰਦਾ ਮੈਂ ਅੱਗੇ ਹੋਰ ਇਹਨਾਂ ਨੂੰ ਵੱਡੇ ਟਰਿਕ ਜਿਹੜੇ ਹੈਗੇ ਆ ਵੀ ਕੱਲ ਨੂੰ ਇਸ ਤਸਵੀਰ ਸੋਨੀ ਦਾ ਥਾਂ ਲੈਣੇ। ਉਹੀ ਗੱਲ ਉਹੀ ਗੱਲ ਜੇ ਕਾਲੂ ਫਿਰ ਇਹ ਖਜ਼ਾਨਾ ਦੇਖੇ ਕਿ ਨਾ ਕਿੰਨਣ ਜਾਓਗੇ ਬੱਚਿਆਂ ਨੂੰ ਵੰਡੋਗੇ ਗਿਆਨ ਉਹ ਬੱਚਿਆਂ ਨੂੰ ਵੰਡ ਰਹੇ ਜਿਵੇਂ ਬੱਚਿਆਂ ਨੂੰ ਦੇ ਰਹੇ ਹੈਗੇ ਆ ਬੱਚੇ ਤਿਆਰ ਕਰ ਰਹੇ ਆ ਤੇ ਬੱਚਿਆਂ ਇੰਟਰਸਟ ਨੇ ਅੱਜ ਮੈਂ ਤੁਹਾਨੂੰ ਗੱਲ ਦੱਸਣੀ ਭੁੱਲਗਾ ਕਿ ਆ ਬੱਚੀ ਨੇ ਜਿਹੜਾ ਮੋਤੀਆਂ ਵਾਲਾ ਹੈਗਾ ਹਮ ਉਹ ਉਹ ਇਹਨੇ ਮਤਲਬ ਪਹਿਲਾਂ ਨਹੀਂ ਦੇਖਿਆ ਸੀਗਾ ਉਹ ਜਿਹੜਾ ਮੋਤੀਆਂ ਵਾਲਾ ਟਰਿਕ ਜਿਹੜਾ ਸੀਗਾ ਪਹਿਲਾਂ ਮੈਂ ਕਰਿਆ ਸੀਗਾ ਪਤਾ ਨਹੀਂ ਕਿਹੜੇ ਚੈਨਲ ਤੇ ਕਰਿਆ ਸੀਗਾ ਤੇ ਉੱਥੇ ਨੇ ਦੇਖ ਕੇ ਇਸ ਬੱਚੀ ਨੇ ਉਹ ਸੇਮ ਟੂ ਸੇਮ ਚੀਜ਼ ਕਰੇ ਤਿਆਰ ਕਰ ਰੱਖੀ ਉਹ ਸਵੇਰੇ ਭੁੱਲੀ ਆ ਜਾਂਦੀ ਹੂ ਵੀ ਲੈ ਕੇ ਅੱਛਾ ਗਲਾਸ ਉਹਨੇ ਆਪ ਖੁਦ ਲਿਆ ਕੇ ਮੋਤੀ ਬਾਜ਼ਾਰ ਚ ਲੈ ਆ ਕੇ ਤੇ ਸਾਰੀ ਆਈਟਮ ਜਿਹੜੀ ਜਿਹਨੇ ਆਪਣੇ ਆਪ ਤਿਆਰ ਕੀਤੀ ਇੱਕ ਬੜੀ ਖਾਸ ਗੱਲ ਲੱਗੀ ਬਾਈ ਜੀ ਮੈਨੂੰ ਏਡੇ ਏਡੇ ਇੱਕ ਬੱਚਿਆਂ ਦੇ ਹੱਥ 'ਚ ਫੋਨ ਹੁੰਦੇ ਆ ਗੇਮਾਂ ਖੇਡਦੇ ਆ ਹਾਂਜੀ ਉਹਨਾਂ ਕੋਲ ਇਹ ਸਿਰਜਣਾ ਇਹੋ ਜਿਹੀਆਂ ਚੀਜ਼ਾਂ ਕਰਨ ਦਾ ਟਾਈਮ ਹੀ ਨਹੀਂ ਹੁੰਦਾ ਖੇਡਣ ਖੁੱਦਣ ਦਾ ਇਹ ਬੱਚਿਆਂ ਦੇ ਦਿਮਾਗ 'ਚ ਕਿਵੇਂ ਆਇਆ ਕਿ ਇਹ ਬੱਚੀਆਂ ਤਰਕਸ਼ੀਲ ਸੋਸਾਇਟੀ ਦੇ ਨਾਲ ਜੁੜਨ ਇਹੋ ਜਿਹੀਆਂ ਚੀਜ਼ਾਂ ਕਰਕੇ ਦੇਖਣ ਆਪਦੇ ਹੱਥੀਂ ਤਿਆਰ ਕਰਨ ਕਿ ਇਹਦੇ ਨਾਲ ਮਾਈਂਡ ਸ਼ਾਰਪ ਵੀ ਬਿਲਕੁਲ ਹੁੰਦਾ ਤੇ ਬੱਚੀਆਂ ਫਿਰ ਇੰਨਾ ਫੋਨਾਂ ਤੋਂ ਦੂਰ ਕਿਵੇਂ ਨੇ ਇਹ ਬਾਕੀ ਬੱਚੇ ਵਾਂਗੂ ਗੇਮਾਂ ਕਿਉਂ ਨਹੀਂ ਖੇਡਦੇ ਸਰ ਇਹ ਬੱਚੀਆਂ ਫੋਨਾਂ ਫੋਨ ਦੇਖਦੀਆਂ ਨੇ ਪਰ ਉਹ ਆਮ ਬੱਚਿਆਂ ਵਾਂਗ ਗੇਮਾਂ ਵਾਲੇ ਪਾਸੇ ਨਹੀਂ ਜਾਂਦੇ ਅੱਛਾ ਜਤੁਰਪਨ ਜੀ ਇਹਨਾਂ ਨੇ ਖਾਸ ਕਰਕੇ ਮੇਰੀਆਂ ਜੁੜੀਆਂ ਸਾਡੀ ਤਰਕਸ਼ੀਲ ਟੀਵੀ ਚੈਨਲ ਜਿੰਨੀਆਂ ਮੇਰੀਆਂ ਵੀਡੀਓ ਆ ਰਹੀਆਂ ਨੇ ਟੋਟਲ ਵੀਡੀਓ ਮੇਰੀਆਂ ਦੇਖਦੀਆਂ ਨੇ ਅੱਛਾ ਤੇ ਜੰਨੀਆਂ ਵੀ ਆਪਣੀਆਂ ਮਤਲਬ ਚੈਨਲ ਤੇ ਮੇਰੀਆਂ ਵੀਡੀਓ ਚੱਲਦੀਆਂ ਨੇ ਟੋਟਲ ਵੀਡੀਓ ਉਦਾਂ ਦੇਖਦੀਆਂ ਨੇ ਜਾਂ ਇਹ ਉਹ ਚੀਜ਼ਾਂ ਦੇਖਦੀਆਂ ਨੇ ਜਿਹੜੀਆਂ ਚੀਜ਼ਾਂ ਮਤਲਬ ਜਰਨਲ ਨੌਲੇਜ ਜਿਹੀਆਂ ਵਧਾਉਣ ਵਾਲੀਆਂ ਕਰਦੀਆਂ ਨੇ ਹੂੰ ਠੀਕ ਹੈ ਇਹਨਾਂ ਬੱਚਿਆਂ ਨੂੰ ਮੈਂ ਕਿਉਂਕਿ ਮੈਂ ਅਕਸਰ ਮੈਂ ਜਾਂਦਾ ਰਹਿਣਾ ਹੈਗਾ ਉੱਥੇ ਕਈ ਵਾਰ ਮੈਂ ਰਹਿ ਵੀ ਜਾਂਦਾ ਉਹਨਾਂ ਦੇ ਕੋਲ ਤੇ ਮੈਂ ਦੇਖਦਾ ਬੱਚਿਆਂ ਨੂੰ ਕਦੇ ਗੇਮਾਂ ਵਾਂਗੂ ਮਾਂ ਖੇਡਦੇ ਜਾਂ ਉਦਾਂ ਦਾ ਕਰਦਾ ਨਹੀਂ ਦੇਖਿਆ ਇਹਨਾਂ ਨੇ ਕਦੇ ਲਿਆ ਕੇ ਠੀਕ ਹੈ ਤੇ ਜੋ ਕੋਈ ਚੀਜ਼ ਦੇਖਦੀਆਂ ਨੇ ਤੇ ਬਹੁਤ ਬਗੀਆਂ ਚੀਜ਼ਾਂ ਦੇਖਦੇ ਰਹੇ ਉਹਨਾਂ ਦੇਖ ਕੇ ਹੀ ਮਤ ਪੀਰ ਨੇ ਹੋ ਕੀਤਾ ਲੈ ਕੀ ਬਾਤ ਹੈ ਭਾਈ ਬਹੁਤ ਸਿਹਰਾ ਤੁਹਾਡੇ ਸਰ ਵਧਾਈ ਦਾ ਸਜਦਾ ਹੈ ਕਿ ਤੁਸੀਂ ਇੱਕ ਐਸੀ ਪੀੜੀ ਤਿਆਰ ਕਰ ਰਹੇ ਹੋ ਜਿਹੜੀ ਢੂੰਗੀ ਬਾਬਿਆਂ ਦੇ ਅੱਗੇ ਤੁਹਾਡੇ ਤੋਂ ਬਾਅਦ ਪੜਦੇ ਫਾਸ਼ ਕਰੂਗੀ ਇਹਦੇ ਲਈ ਬਹੁਤ ਵਧਾਈ ਦੇ ਪਾਤ ਇੱਕ ਸਰ ਮੈਂ ਜਿਹੜਾ ਹੋਰ ਗੱਲ ਕਹਿਣੀ ਚਾਹੁੰਦਾ ਜੇ ਇਹ ਬੱਚੀ ਹੈ ਜਿਹੜੀ ਇਹ ਕੁਝ ਦਿਨ ਪਹਿਲਾਂ ਦੀ ਗੱਲ ਹੈਗੀ ਹੈ ਕਿ ਇਹਨਾਂ ਦੇ ਉੱਥੇ ਕੋਈ ਕੋਈ ਬਾਬਾ ਆ ਗਿਆ ਹੂੰ ਬਾਬਾ ਆ ਗਿਆ ਤੇ ਉਹ ਮਤਲਬ ਜਿਦਾਂ ਇਹ ਕਰਦੇ ਹੁੰਦੇ ਨੇ ਬਖੰਡ ਜੇ ਉਹ ਘਰੇ ਕੋਈ ਸਮੱਸਿਆ ਸੀਗੀ ਤੇ ਉਹ ਕੁਦਰਤੀ ਬੱਚੀ ਉੱਥੇ ਖੇਡ ਰਹੀ ਸੀ ਗਵਾਂਡ ਆਪ ਦੇ ਗਵਾਂਡ ਦੇ ਵਿੱਚ ਇਥੇ ਅਗਲੇ ਉਹ ਜਦੋਂ ਕਹਿਣ ਲੱਗਾ ਉਹ ਕਹਿੰਦੀ ਸਾਡੇ ਘਰੇ ਨਾ ਬਾਬਾ ਜੀ ਆਏ ਰਹਿੰਦਾ ਸਾਡੇ ਹੋ ਰਹਿੰਦਾ ਸਾਡੇ ਸਮੱਸਿਆ ਰਹਿੰਦੀ ਇਹੀ ਹੈ ਕੁਝ ਰਹਿੰਦੀ ਇਹ ਬੱਚੀ ਫੜਾ ਕੇ ਦੇ ਨੇ ਬੋਲਦੀ ਉਹਦੇ ਸਾਹਮਣੇ ਮੈਨੂੰ ਕੱਲ ਪਤਾ ਲੱਗੇ ਨੀ ਪਿੰਡ ਜਾ ਕੇ ਦੀ ਮੰਮੀ ਨੇ ਦੱਸਿਆ ਮੈਨੂੰ ਜੀ ਫੜਾ ਕੇ ਨਹੀਂ ਬੋਲਦੀ ਕਿ ਇਹ ਤੂੰ ਇਹਦੇ ਕੋਲ ਕੋਈ ਬਾੜ ਦੇਣਾ ਸੋਨੀ ਸਰ ਕੋਲ ਜਾਓ ਤੁਸੀਂ ਕਿਆ ਕਮਾਲ ਦੀ ਗੱਲ ਹੈ ਕਿ ਗੱਲ ਬਾਈ ਜੀ ਸਾਰੀ ਸੋਚਦੀ ਆ ਹਾਂਜੀ ਹਾਂਜੀ ਜੇ ਅਜਿਹੇ ਜਿਹੇ ਮਾਹੌਲ ਹੋਗਾ ਵਾਲੇ ਦੁਆਲੇ ਬੱਚੇ ਉਹ ਜਿਵੇਂ ਬਣਦੇ ਜਿਵੇਂ ਤੁਹਾਨੂੰ ਦੇਖਦੇ ਆ ਤਾਂ ਉਹ ਚੀਜ਼ਾਂ ਵਹਿਮਾਂ ਪਰ ਮਾਲੀਆਂ ਨੇ ਦਿਮਾਗ 'ਚ ਹੈ ਹੀ ਨਹੀਂ ਹੈ ਬਿਲਕੁਲ ਨਹੀਂ ਹੈ ਇਹਨਾਂ ਦੇ ਲੈ ਹਾਂ ਇਹਨਾਂ ਬੱਚਿਆਂ ਨੂੰ ਚਾਹੀਦਾ ਇਹਨਾਂ ਨੂੰ ਇੰਨਾ ਮਤਲਬ ਮੈਨੂੰ ਭਰੋਸਾ ਹੈ ਨਾ ਬੱਚਿਆਂ ਦੇ ਵਿੱਚ ਜਿਹੜੇ ਰਾਤ ਨੂੰ ਜਿਹੜੇ ਕਹਿੰਦਾ ਲੋਕ ਸੇਵਾਆਂ ਤੋਂ ਵੱਡੇ ਵੱਡੇ ਲੋਕ ਜਿਹੜੇ ਹੈਗੇ ਆ ਸਿਵਿੰਗ अच्छा डर मतलब वो चीजें तो है ही है इन बच्चों के दिमाग में कोई डर नहीं है क्या बात है हुण जे एक बच्ची ਤੁਸੀਂ ਦੇਖੋ ਵੀ ਇੰਨਾ ਸਵਾਲ ਕਰ ਸਕਦੀ ਹੈ ਉਹਨੂੰ ਜਦੋਂ ਕੋਈ بڑے بڑے ਲੋਕ ਉਹਨਾਂ ਬਾਬਿਆਂ ਨੂੰ ਸਵਾਲ ਨਹੀਂ ਕਰਦੇ ਉਹ ਇਹ ਬੱਚੀ ਕਹਿ ਸਕਦੀ ਵੀ ਇਹਦੇ ਕੋਲ ਕੋਈ ਭੜਦਿਆਂ ਸੀ ਸੋਨੀ ਸਰ ਕੋਲ ਜਾਓ ਜੇ ਕੋਈ ਮਸਲਾ ਹੈ ਤਾਂ ਕੀ ਬਾਤ ਹੈ ਭਾਈ ਤੁਸੀਂ ਕਮਾੜ ਨਹੀਂ ਗਏ ਸਾਡੇ ਬੱਚੇ ਜਿਹੜੇ ਅੱਜ ਕੱਲ੍ਹ ਬਿਲਕੁਲ ਜੇ ਅੱਜ ਕੱਲ੍ਹ ਦੇ ਬੱਚੇ ਨੇ ਉਹਨਾਂ ਦੇ ਹੱਥ 'ਚ ਫੋਨ ਹੁੰਦਾ ਗੇਮਾਂ ਖੇੜਦੇ ਆ ਇਹ ਜੀ ਸੋਚ ਉਹਨਾਂ ਦੀ ਜਾਂਦੀ ਹੋਣੀ ਹੈ ਨਹੀਂ ਤਾਂ ਇਹ ਜਹੇ ਜੀ ਕਿਉਂਕਿ ਜਹੇ ਜੇ ਅਸੀਂ ਪਾਣੀ ਪਾਵਾਂਗੇ ਨਾ ਜਹੇ ਜੀ ਉਹਨਾਂ ਨੂੰ ਖਾਦ ਪਾਵਾਂਗੇ ਬੱਚਿਆਂ ਨੂੰ ਤਾ ਰੁੱਖਾਂ ਵਾਂਗੂ ਇਹਨਾਂ ਨੇ ਵੀ ਉਹ ਹੀ ਤਿਆਰ ਹੋਣਾ ਤੇ ਖਾਦ ਸਾਡੀ ਵਧੀਆ ਹੋਊਗੀ ਤਾਂ ਸਾਡੀਆਂ ਬੱਚੀਆਂ ਸਾਡੀਆਂ ਪੀੜੀਆਂ ਵੀ ਆਉਣ ਵਾਲੀਆਂ ਬਹੁਤ ਵਧੀਆ ਹੋਣਗੀਆਂ ਪਰਫੁੱਲਤ ਹੋਣਗੀਆਂ ਤੇ ਜਿਵੇਂ ਬਾਈ ਜੀ ਹੋਰਾਂ ਨੇ ਆਖਿਆ ਕਿ ਮੈਂ ਇਹਨਾਂ ਨੂੰ ਗਿਆਨ ਦਿੰਦਾ ਰਹਣਾ ਯਾ ਇਹ ਮੇਰੀਆਂ ਵੀਡੀਓ ਦੇਖਦੀਆਂ ਰਹਿੰਦੀਆਂ ਨੇ ਤਾਂ ਇਹਨਾਂ ਦੀ ਸੋਚ ਦੇ ਵਿੱਚ ਵੀ ਉਹ ਫਰਕ ਦੇਖਣਾ ਸ਼ੁਰੂ ਹੋ ਗਿਆ ਬਾਈ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਪ੍ਰੇਰਣਾ ਕਰ ਰਹੇ ਹੋ ਇਹ ਬੱਚੀਆਂ ਨੂੰ ਇੱਕ ਤਿਆਰ ਕਰ ਰਹੇ ਹੋ ਤੇ ਸਾਡੀ ਨੌਜਵਾਨ ਪੀੜੀ ਨੂੰ ਸਾਡੀ ਆਉਣ ਵਾਲੀ ਪੀੜੀ ਨੂੰ ਇਹ ਮਹਿਮਾ ਪਰਮਾ ਤੋਂ ਬਚਾ ਰਹੇ ਹੋ ਬਚਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸਰ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਬੱਚਿਆਂ ਦੀ ਹੌਸਲਾ ਅਫਜ਼ਾਈ ਲਈ ਯਾਰ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਵਧੀਆ ਵਧੀਆ ਕਰਕੇ ਬੱਚਿਆਂ ਦਾ ਹੌਸਲਾ ਅਫਜ਼ਾਈ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ